ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ DK Social Help ਵਿੱਚ ਜਿਸ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਸਰਕਾਰ ਦੀਆਂ ਕਿਸੇ ਵੀ ਕਿਸਮ ਦੀ ਕੋਈ ਵੀ ਸਰਕਾਰੀ ਸਕੀਮ ਹੁੰਦੀ ਹੈ ਉਸ ਤੋਂ ਰੂਬਰੂ ਕਰੌਣੀਆਂ ਕਿਵੇਂ ਫਾਰਮ ਕਰਨ ਭਰਨਾ ਆ ਕਿ 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 ਸਕੀਮਾਂ ਕਿਹੜੇ ਕਿਹੜੇ ਅਪਲਾਈ ਕਰ ਸਕਦੇ ਨੇ ਉਸੇ ਲੜੀ ਵਿੱਚ ਅੱਜ ਸਰਕਾਰ ਦੀ ਜਿਹੜੀ 1000 ਰੁਪਏ ਦੀ ਸਕੀਮਾਂ ਔਰਤਾਂ ਨੂੰ ਠੀਕ ਹੈ ਜੀ ਹਰ ਮਹੀਨੇ ਔਰਤਾਂ ਨੂੰ 1000 ਰੁਪਏ ਦੇਣ ਦੀ ਜਿਹੜੀ ਸਕੀਮਾ ਉਹਦੇ ਬਾਰੇ ਕੁਝ ਗੱਲਾਂ ਕਰਾਂਗੇ ਦੋਸਤੋ ਇਸ ਤੋਂ ਪਹਿਲਾਂ ਅਸੀਂ ਇੱਕ ਵੀਡੀਓ ਬਣਾਈ ਸੀ ਵੀ ਜਿਹੜੇ 1000 ਰੁਪਏ ਹੈ ਠੀਕ ਹੈ ਉਹਦੇ ਵਾਸਤੇ ਖਾਤਾ ਕਿਹੜਾ ਲੱਗੇਗਾ ਤੇ ਉਸ ਵੀਡੀਓ ਵਿੱਚ ਕਾਫੀ ਕਮੈਂਟ ਆਏ ਸੀ ਕਿ ਜੀ ਅਸੀਂ ਫਾਰਮ ਨਹੀਂ ਭਰਿਆ ਠੀਕ ਹੈ ਜਿਹੜਾ ਜਿਹੜਾ ਉਸ ਟਾਈਮ ਫਾਰਮ ਭਰਿਆ ਸੀ ਕੇਜਰੀਵਾਲ ਨੇ ਇੱਕ ਫਾਰਮ ਦਿੱਤਾ ਸੀ ਐਸਐਮਐਸ ਹੁੰਦਾ ਸੀ ਮੋਬਾਈਲ ਦੇ ਉੱਤੇ ਉਹ ਫਾਰਮ ਅਸੀਂ ਨਹੀਂ ਭਰਿਆ ਤੇ ਕੀ ਅਸੀਂ ਵੀ ਉਹਦੇ ਪਾਤਰ ਹਾਂ ਜਾਂ ਨਹੀਂ ਤੇ ਉਹਦੇ ਵਿੱਚ ਅੱਜ ਗੱਲ ਕਰਾਂਗੇ ਤੁਹਾਨੂੰ ਸਭ ਕੁਝ ਦੱਸਾਂਗੇ ਦੋਸਤੋ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਗੁਜਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ ਜੇ ਨਹੀਂ ਕੀਤਾ ਤੇ ਬੈਲ ਆਈਕਨ ਤੇ ਬਟਨ ਨੂੰ ਵੀ ਦਬਾ ਲਿਓ ਤਾਂ ਕਿ ਆਨ ਲਈ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਦੋਸਤੋ ਪਹਿਲਾਂ ਤੇ ਤੁਹਾਨੂੰ ਇੱਕ ਫੋਟੋ ਦਿਖਾ ਦਈਏ ਇਹ ਦੇਖੋ ਜੀ ਠੀਕ ਹੈ ਇਹ ਜਿਹੜਾ ਫਾਰਮ ਤੁਸੀਂ ਦੇਖ ਰਹੇ ਹੋ ਉਸ ਟਾਈਮ ਜਦੋਂ ਕੇਜਰੀਵਾਲ ਜੀ ਆਪਣੀ ਜੜੀ ਵੀ ਪਾਰਟੀ ਸੀ ਠੀਕ ਹੈ ਭਗਵੰਤ ਮਾਨ ਜੀ ਦੇ ਨਾਲ ਉਹਦਾ ਪ੍ਰਚਾਰ ਕਰ ਰਹੀ ਸੀ ਉਸ ਦੌਰਾਨ ਇਹਨਾਂ ਨੇ ਕਿਹਾ ਸੀ ਕਿ ਅਸੀਂ ਜੇ ਜਿੱਤੇ ਸੱਤਾ ਵਿੱਚ ਆਏ ਠੀਕ ਹੈ ਤੇ ਉਸ ਟਾਈਮ ਜਿਹੜਾ ਮਹਿਲਾਵਾਂ ਨੂੰ 1000 ਰੁਪਏ ਦੀ ਸਕੀਮ ਦਾ ਹਰ ਮਹੀਨੇ ਤੋਹਫਾ ਦਿੱਤਾ ਜਾਵੇਗਾ ਠੀਕ ਹੈ ਤੇ ਉਸ ਦੌਰਾਨ ਉਹਨਾਂ ਨੇ ਫਾਰਮ ਭਰਾਇਆ ਸੀ ਤੇ ਮੋਬਾਈਲ ਨੰਬਰ ਵੀ ਦਿੱਤਾ ਸੀ ਇੱਕ ਮਿਸ ਕਾਲ ਮਾਰਨੀ ਹੁੰਦੀ ਸੀ ਤੇ ਉਹ ਇੱਕ ਆਪਣੇ ਕੋਲ ਰਜਿਸਟ੍ਰੇਸ਼ਨ ਨੰਬਰ ਆ ਜਾਂਦਾ ਸੀ ਕਈਆਂ ਨੇ ਤੇ ਉਹ ਰਜਿਸਟ੍ਰੇਸ਼ਨ ਨੰਬਰ ਸਾਂਭਿਆ ਹੋਇਆ ਤੇ ਕਈਆਂ ਨੇ ਇਹ ਫਾਰਮ ਨਹੀਂ ਭਰਿਆ ਜਿਵੇਂ ਕਿ ਲਾਲੋ ਦੇੜੀ ਦੂਸਰੀਆਂ ਪਾਰਟੀਆਂ ਕਾਂਗਰਸ ਦੀਆਂ ਹੋ ਗਈਆਂ ਅਕਾਲੀ ਦਲ ਦੀਆਂ ਹੋ ਗਈਆਂ ਇਹ ਜਿਹੜੀਆਂ ਲੇਡੀਆਂ ਨੇ ਇਹਨਾਂ ਨੇ ਤੇ ਫਾਰਮ ਭਰੇ ਨਹੀਂ ਠੀਕ ਹੈ ਪਰ ਉਹ ਹੁਣ ਦੇਖ ਚਾਹੁੰਦੇ ਆ ਕਿ ਜੇ ਅਸੀਂ ਇਹ ਫਾਰਮ ਭਰਨਾ ਕਿਵੇਂ ਭਰਨਾ ਕਿਉਂਕਿ ਉਸ ਟਾਈਮ ਅਸੀਂ ਨਹੀਂ ਭਰਿਆ ਠੀਕ ਹੈ ਕਿਉਂਕਿ ਉਹ ਦੂਸਰੀ ਪਾਰਟੀ ਨੂੰ ਸਪੋਰਟ ਕਰ ਰਹੀ ਸੀ ਹੁਣ ਗੱਲ ਤੁਹਾਨੂੰ ਮੈਂ ਦੱਸਦਾ ਦੋਸਤੋ ਹੁਣ ਕੀ ਬਣੇਗਾ ਹੁਣ ਦੋਸਤੋ ਹਜੇ ਤੱਕ ਇਹ ਜਿਹੜੀ ਵੀ ਸਕੀਮ ਇਹਨਾਂ ਨੇ ਦੱਸੀਆਂ ਔਰਤਾਂ ਦੀ 1000 ਰੁਪਏ ਦੀ ਸਕੀਮ ਹੈ ਜਿਹੜੀ ਮੰਥਲੀ ਦੇਣ ਦੀ ਇਹ ਹਜੇ ਤੱਕ ਲਾਂਚ ਹੋਈ ਨਹੀਂ ਪਰ ਜਦੋਂ ਵੀ ਇਹ ਲਾਂਚ ਹੋਏਗੀ ਠੀਕ ਹੈ ਇਹ ਔਨਲਾਈਨ ਲਾਂਚ ਹੋਏਗੀ ਤੇ ਜਦੋਂ ਔਨਲਾਈਨ ਉਹ ਲਾਂਚ ਹੋਏਗੀ ਤੇ ਅਸੀਂ ਤੁਹਾਨੂੰ ਇਹਦੇ ਬਾਰੇ ਦੱਸ ਦਾਂਗੇ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕੀ ਜਿਹੜੀ ਇਹ ਫਾਰਮ ਭਰਨ ਦੀ ਸਕੀਮ ਹੈ ਜਿਹੜਾ ਰਜਿਸਟ੍ਰੇਸ਼ਨ ਨੰਬਰ ਪਹਿਲਾਂ ਆਇਆ ਸੀ ਕਈ ਲੇਡੀਆਂ ਦੇ ਕਈ ਔਰਤਾਂ ਦੇ ਮਹਿਲਾਵਾਂ ਦੇ ਉਹਨਾਂ ਨੇ ਉਹ ਜਿਹੜਾ ਰਜਿਸਟ੍ਰੇਸ਼ਨ ਨੰਬਰ ਸਾਹਮਣੇ ਰੱਖਿਆ ਹੋਣਾ ਕਿਤੇ ਨਾ ਕਿਤੇ ਉਹਦੀ ਲੋੜ ਆਨਲਾਈਨ ਪੈ ਸਕਦੀ ਹੈ ਤੇ ਜਿਨ੍ਹਾਂ ਨੇ ਨਹੀਂ ਕਦੇ ਫਾਰਮ ਹੀ ਨਹੀਂ ਭਰਿਆ ਹੈ ਨਾ ਮਿਸਕਾਲ ਮਾਰੀ ਨਾ ਰਜਿਸਟ੍ਰੇਸ਼ਨ ਨੰਬਰ ਆਇਆ ਉਹਨਾਂ ਨੇ ਕੀ ਕਰਨਾ ਦੋਸਤੋ ਉਹਨਾਂ ਨੇ ਜਦੋਂ ਵੀ ਫਾਰਮ ਆਨਲਾਈਨ ਹੋਏਗਾ ਸਬੂਧਾ ਕੇਂਦਰ ਤੇ ਜਾ ਕੇ ਆਪਣੇ ਡਾਕੂਮੈਂਟ ਦਿਖਾ ਕੇ ਤੇ オンલાઈન ਭਰਨਾ ਹੋਵੇਗਾ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਦੋਸਤੋ ਕਿ ਉਹਨਾਂ ਨੇ ਪਹਿਲਾਂ ਜਿਹੜਾ ਫਾਰਮ ਸੀ ਉਹ ਨਹੀਂ ਭਰਿਆ ਉਮੀਦ ਹੈ ਜੀ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਗਾ ਜਿਨ੍ਹਾਂ ਨੇ ਪਹਿਲਾਂ ਇਹ ਫਾਰਮ ਨਹੀਂ ਭਰਿਆ ਠੀਕ ਹੈ ਦੋਸਤੋ ਤੇ ਜੇ ਤੁਸੀਂ ਕਿਤੇ ਹੋਰ ਵੀ ਕੁਝ ਜਾਨਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਹੋ ਤੇ ਦੋਸਤੋ ਜੰਦ ਹੋਏ ਬਸ ਇੰਨਾ ਹੀ ਕਵਾਂਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਿਓ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਜਰੂਰ ਕਰਕੇ ਜਾਇਓ ਤੇ ਸ਼ੇਅਰ ਜਰੂਰ ਕਰ ਦੇਓ ਧੰਨਵਾਦ ਦੋਸਤੋ ਜੈ ਹਿੰਦ